ਮੈਂ ਜਸਵੀਰ ਸਿੰਘ ਨੂਰਪੁਰ ਅਜੀਤ ਵੈੱਬ ਟੀ ਵੀ ਦੇ ਸਮੁੱਚੇ ਦਰਸ਼ਕਾਂ ਦਾ ਸਵਾਗਤ ਹੈ। ਬੰਗਾ ਵਿਧਾਨ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ ਜੀ ਕੈਂਥ ਨਾਲ ਗੱਲਬਾਤ ਕਰ ਰਹੇ ਹਾਂ। ਅਤੇ ਕੈਂਥ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਆਪ ਜੀ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ। ਅਤੇ ਮੈਂ ਆਪ ਜੀ ਨੂੰ ਬੇਨਤੀ ਕਰਾਂਗੇ ਆਪ ਜੀ ਦੇ ਪਿਛੋਕੜ ਬਾਰੇ ਕੁਝ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਮੈਂ ਅਜੀਤ ਜਿਹੜਾ ਅਦਾਰਾ ਆ ਉਹਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਦੂਸਰਾ, ਜੋ ਮੇਰੇ ਪਿਛੋਕੜ ਹੈ, ਸਿਆਸੀ ਪਿਛੋਕੜ, ਬੁਨਿਆਦੀ ਤੌਰ 'ਤੇ ਮੈਂ ਕੋਈ ਰਾਜਨੀਤਿਕ ਆਦਮੀ ਨਹੀਂ ਸੀ। ਸਮੇਂ ਦੇ ਹਾਲਾਤਾਂ ਨੇ ਮੈਨੂੰ ਰਾਜਨੀਤੀ 'ਚ ਲਿਆਂਦਾ। ਮੈਂ 79 ਦੇ ਅੰਦਰ, ਅੱਜ ਤੋਂ ਲਗਭਗ 38 ਸਾਲ ਪਹਿਲਾਂ, ਕਾਲਜ ਦਾ ਇਲੈਕਸ਼ਨ ਜਿੱਤਿਆ ਔਰ ਉਹਦੇ ਨਾਲ ਮੇਰੀ ਜਿਹੜੀ ਆ ਜਾਣਕਾਰੀ, ਮੇਰੀ ਪਹਿਚਾਣ ਬਣੀ ਔਰ ਉਸ ਜਾਣਕਾਰੀ ਦੇ ਆਧਾਰ 'ਤੇ ਮੇਰਾ ਸੰਪਰਕ ਮਾਨਯੋਗ ਬਾਬੂ ਕਾਂਸ਼ੀ ਰਾਮ ਜੀ ਨਾਲ ਹੋਇਆ ਔਰ ਉਹਨਾਂ ਦਾ ਇੱਕ ਮੋਟਿਵ ਸੀ ਕਿ ਅਸੀਂ ਸਮਾਜ ਦੇ ਵਾਸਤੇ ਬਰਾਬਰੀ ਲਿਆਉਣ ਵਾਸਤੇ ਜਿਹੜੇ ਲਤਾੜੇ ਪਛਾੜੇ ਲੋਕ ਆ ਉਹਨਾਂ ਦੇ ਅੰਦਰ ਚੇਤਨਤਾ ਲਿਆਉਣੀ। ਅਸੀਂ ਉਹ ਲਹਿਰ 'ਚ ਲੈ ਕੇ ਚੱਲੇ ਸੀ। ਮੈਨੂੰ ਉਹਦਾ ਪੰਜਾਬ ਦਾ ਪ੍ਰਧਾਨ ਬਣਾਇਆ ਔਰ ਅਸੀਂ, ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਮੈਨੂੰ ਗਰੀਬ ਲੋਕਾਂ 'ਚ ਬੜਾ ਕੰਮ ਕਰਨ ਦਾ ਮੌਕਾ ਮਿਲਿਆ ਔਰ ਸਮੇਂ ਦੇ ਹਾਲਾਤਾਂ ਨੇ ਮੈਨੂੰ ਰਾਜਨੀਤੀ 'ਚ ਲਿਆਂਦਾ। ਹੁਣ ਤੱਕ ਆਪ ਜੀ ਦਾ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਕੀ ਯੋਗਦਾਨ ਰਿਹਾ? ਦੇਖੋ, ਮੇਰੀ ਆਪਣੀ ਸੋਚ ਹੈ ਕਿ ਆਪਾਂ ਕਿਸੇ ਦਾ, ਕਿਸੇ ਵੀ ਵਰਗ ਦਾ ਫਰੰਟ ਨਹੀਂ ਬਣ ਸਕਦੇ, ਉਹਦੀ ਬੈਕ ਬਣ ਸਕਦੇ। ਮੇਰੀ ਆਪਣੀ ਸੋਚ ਸੀਗੀ ਕਿ ਮੁਲਕ ਦੇ ਅੰਦਰ ਜਿਹੜੇ ਡਾਊਨ ਟਰਾਡਨ ਲੋਕ ਹੈ, ਦੱਬੇ ਕੁਚਲੇ ਲੋਕ ਹੈ, ਲਤਾੜੇ ਪਛਾੜੇ ਲੋਕ ਹੈ, ਉਹ ਜਦ ਤੱਕ ਸਮਾਜ ਦੇ ਹਾਣੀ ਨਹੀਂ ਬਣ ਸਕਦੇ ਜਦ ਤੱਕ ਉਹਨਾਂ ਦੇ ਅੰਦਰ ਸਮਾਜਿਕ ਰੂਪ ਵਿੱਚ, ਆਰਥਿਕ ਰੂਪ ਵਿੱਚ ਔਰ ਰਾਜਨੀਤਿਕ ਰੂਪ ਵਿੱਚ ਚੇਤਨਤਾ ਨਹੀਂ ਆਉਂਦੀ। ਔਰ ਇਸੇ ਪਰਪਜ਼ ਨੂੰ ਲੈ ਕੇ ਪੰਜਾਬ ਨਹੀਂ ਬਲਕਿ ਨੌਰਥ ਇੰਡੀਆ ਦਾ ਕੋਈ ਇਲਾਕਾ ਅਜਿਹਾ ਨਹੀਂ ਹੋਇਆ ਹੋਏਗਾ ਜਿੱਥੇ ਮੈਨੂੰ ਜਾਣ ਦਾ ਮੌਕਾ ਨਾ ਮਿਲਿਆ। ਔਰ ਖਾਸ ਕਰਕੇ ਪੰਜਾਬ ਦੇ ਅੰਦਰ ਤਾਂ ਅੱਧੇ ਤੋਂ ਜ਼ਿਆਦਾ ਪਿੰਡ ਮੈਂ ਆਪ ਕਵਰ ਕੀਤੇ ਹੋਣੇ ਆ। ਇਸ ਗੱਲ ਨੂੰ ਲੈ ਕੇ ਕਿ ਉੱਠੋ, ਆਪਣੇ ਹੱਕਾਂ ਵਾਸਤੇ ਲੜੋ, ਸਟਰਗਲ ਕਰੋ ਔਰ ਜਦ ਤੱਕ ਤੁਸੀਂ ਅੱਗੇ ਹੋ ਕੇ ਸੰਘਰਸ਼ ਨਹੀਂ ਕਰਦੇ ਕੋਈ ਤੁਹਾਡਾ ਬਾਲੀ ਵਾਰਸ ਬਣਨ ਵਾਲਾ ਨਹੀਂ। ਔਰ ਮੈਂ ਸਮਝਦਾ ਕਿ ਮੇਰੀ ਬਹੁਤ ਵੱਡੀ ਅਚੀਵਮੈਂਟ ਹੈ। ਅੱਜ ਜੇ ਲੋਕਾਂ ਦੇ ਅੰਦਰ ਕਿਤੇ ਕੋਈ ਅੱਤਿਆਚਾਰ ਹੁੰਦਾ, ਉਹਨਾਂ ਦੀ ਆਵਾਜ਼ ਕਿੰਨੀ ਸੁਣੀ ਜਾਂਦੀ ਆ, ਇਹ ਜ਼ਿਆਦਾ ਇੰਪੋਰਟੈਂਟ ਵਿਸ਼ਾ ਹੈਗਾ। ਲੇਕਿਨ ਜਿੱਥੇ ਅੱਤਿਆਚਾਰ ਹੁੰਦਾ, ਉੱਠ ਕੇ ਆਵਾਜ਼ ਜ਼ਰੂਰ ਬੁਲੰਦ ਹੁੰਦੀ ਆ। ਇਨਸਾਫ ਮਿਲਦਾ ਨਹੀਂ ਮਿਲਦਾ ਵੱਖਰੀ ਗੱਲ ਹੈ, ਲੇਕਿਨ ਅੱਜ ਜੇ ਲੋਕਾਂ ਦੇ ਅੰਦਰ ਚੇਤਨਤਾ ਆ ਤਾਂ ਮੈਂ ਸਮਝਦਾ ਉਹਦਾ ਇੱਕ ਕਾਰਨ ਜਿਹੜਾ ਉਹ ਸਮਾਜਿਕ ਸਾਡੀ ਜਥੇਬੰਦੀ ਵੀ ਸੀ। ਤੁਸੀਂ ਕਿਸ ਉਦੇਸ਼ ਦੇ ਨਾਲ ਰਾਜਨੀਤੀ ਦੇ ਵਿੱਚ ਆਏ? ਰਾਜਨੀਤੀ ਤੁਸੀਂ ਕਿਉਂ ਅਪਣਾਈ ਹੈ? ਦੇਖੋ ਨੂਰਪੁਰ ਜੀ, ਗੱਲ ਇਹ ਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਮੈਂ ਕੋਈ ਰਾਜਨੀਤਿਕ ਬੰਦਾ ਨਾ ਸੀ, ਮੇਰਾ ਨਾ ਹੀ ਕੋਈ ਰਾਜਨੀਤੀ 'ਚ ਆਉਣ ਦੀ ਇੱਛਾ ਸੀ। ਕਿਉਂਕਿ ਮੈਂ, ਸਾਡੇ ਬਜ਼ੁਰਗ ਜਿਹੜੇ ਆ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਫੋਲੋਅਰ ਸੀ। ਉਹਨਾਂ ਦੀਆਂ ਉਸ ਵੇਲੇ ਜਿਹੜੀ ਉਹਨਾਂ ਦੀ ਲਹਿਰ ਸੀ, RPI ਸੀ, ਹੋਰ ਜਥੇਬੰਦੀਆਂ ਸੀ, ਉਹਨਾਂ 'ਚ ਅਕਸਰ ਹਿੱਸਾ ਲੈਂਦੇ ਰਹਿੰਦੇ ਸੀ ਔਰ ਉਸੇ ਚੇਤਨਤਾ ਦੇ ਤਹਿਤ ਮੈਂ ਵੀ ਇਸ ਲਹਿਰ 'ਚ ਪ੍ਰਭਾਵਿਤ ਆਇਆ। ਕਾਂਸ਼ੀ ਰਾਮ ਜੀ ਨੂੰ ਮੈਂ ਅੱਜ ਵੀ ਆਪਣਾ ਆਦਰਸ਼ ਮੰਨਦਾ ਔਰ ਉਹਨਾਂ ਦੀ ਬਹੁਤ ਵੱਡੇ ਔਰਗੇਨਾਈਜ਼ਰ ਸੀ, ਬਹੁਤ ਵੱਡੇ ਉਹ ਜਿਹੜੇ ਆ ਉਹ ਥੈਂਕਰ ਸੀਗੇ। ਉਹਨਾਂ ਨੇ ਪ੍ਰਭਾਵਿਤ ਕੀਤਾ ਕਿ ਆਓ ਆਪਾਂ ਉੱਠ ਕੇ ਸਮਾਜ ਦੇ ਵਾਸਤੇ ਜਿਹੜਾ ਉਹਦੇ ਅੰਦਰ ਚੇਤਨਤਾ ਦੀ ਲਹਿਰ ਪੈਦਾ ਕਰੀਏ। ਮੈਂ ਇੱਕ ਸਮਾਜਿਕ ਰੂਪ ਵਿੱਚ ਲੋਕਾਂ 'ਚ ਵਿਚਰਿਆ, ਭਾਵੇਂ ਮੈਂ ਰਾਜਨੀਤੀ 'ਚ ਆਇਆ, ਪਰ ਮੇਰਾ ਜਿਹੜਾ ਮੁੱਖ ਮੰਤਵ ਹੈ ਉਹ ਹੈ ਕਿ ਡਾਊਨ ਟਰਾਡਨ ਲੋਕਾਂ, ਜਿਹੜਾ ਸਮਾਜ ਦਾ ਹਰ ਵਰਗ, ਮੁਲਕ ਮੈਂ ਸਮਝਦਾ ਤਦ ਤਰੱਕੀ ਕਰਦਾ ਜੇ ਇੰਬੈਲੈਂਸ ਤਰੱਕੀ ਹੋਵੇ। ਸਮਾਜ ਦਾ ਇੱਕ ਵਰਗ ਤਰੱਕੀ ਕਰੇ, ਦੂਜਾ ਨਾ ਤਰੱਕੀ ਕਰੇ, ਮੁਲਕ ਦੇ ਅੰਦਰ ਜਿਹੜੀ ਆ ਉਹ ਅਨਿਸ਼ਚਿਤਤਾ ਦਾ ਵਾਤਾਵਰਨ ਰਹੇਗਾ, ਅਨਸਰਟਨਟੀ ਰਹੇਗੀ। ਸਮਾਜ ਦੀ ਬਿਹਤਰੀ ਵਾਸਤੇ, ਸਮਾਜ ਦੇ ਭਲੇ ਵਾਸਤੇ, ਮੁਲਕ ਔਰ ਸੂਬੇ ਦੇ ਭਲੇ ਵਾਸਤੇ, ਸਮਾਜ ਦੇ ਹਰ ਵਰਗ ਨੂੰ ਜਿਹੜਾ ਡਿਵੈਲਪਮੈਂਟ ਹੈ ਉਹਦਾ ਹਿੱਸਾ ਜਾਣਾ ਚਾਹੀਦਾ। ਕਾਂਗਰਸ ਪਾਰਟੀ ਨੇ ਆਪ ਜੀ ਨੂੰ ਉਮੀਦਵਾਰ ਬਣਾਇਆ, ਜੇਕਰ ਤੁਸੀਂ ਜਿੱਤਦੇ ਆ ਤੁਸੀਂ ਹਲਕੇ ਦੀ ਭਲਾਈ ਲਈ ਪਹਿਲ ਦੇ ਆਧਾਰ 'ਤੇ ਕਿਹੜੇ ਕਿਹੜੇ ਕੰਮ ਕਰੋਗੇ? ਦੇਖੋ, ਅੱਜ ਤੱਕ ਜਿੰਨੀ ਮੇਰੀ ਸਿਆਸੀ ਲਾਈਫ ਹੈ ਮੈਂ ਕਦੀ ਰੂਲਿੰਗ ਪਾਰਟੀ 'ਚ ਨਹੀਂ ਰਿਹਾ, ਲੇਕਿਨ ਮੈਂ ਆਪੋਜੀਸ਼ਨ 'ਚ ਰਿਹਾ। ਲੇਕਿਨ ਮੇਰੀ ਆ ਕਿ ਮੇਰਾ ਸਭ ਤੋਂ ਜ਼ਿਆਦਾ ਤਾਂ ਇਹੀ ਮੈਂ ਕਹਾਂਗਾ ਕਿ ਐਜੂਕੇਸ਼ਨ, ਜਿਹੜੀ ਵਿੱਦਿਆ ਆ, ਉਹ ਇੱਕ ਨੰਬਰ ਦੀ ਸਾਡੀ ਪ੍ਰਾਇਓਰਟੀ ਹੈ ਕਿ ਸਮਾਜ ਦਾ ਜਿਹੜਾ ਥੱਲੇ ਤੋਂ ਥੱਲਾ ਵਰਗ ਹੈ, ਆਖਰੀ ਪੌਡਾ ਆ, ਆਖਰੀ ਬੱਚਾ ਆ, ਉਹ ਵੀ ਐਜੂਕੇਸ਼ਨ ਤੋਂ ਵੱਧ ਜਾਂਦਾ ਰਹੇ। ਐਜੂਕੇਸ਼ਨ ਤੋਂ ਭਾਵ ਡਜ ਨੋਟ ਓਨਲੀ ਅਕੈਡਮਿਕ ਐਜੂਕੇਸ਼ਨ, ਐਜੂਕੇਸ਼ਨ ਤੋਂ ਭਾਵ ਹੈ ਕਿ ਜਿਹੜਾ ਆ
ਹਰ ਤਰ੍ਹਾਂ ਦੀ ਸਮਾਜਿਕ ਆਰਥਿਕ ਹਰ ਤਰ੍ਹਾਂ ਦੀ ਐਜੂਕੇਸ਼ਨ ਤੋਂ ਬੰਦਾ ਅਵੇਕੰਡ ਹੋਵੇ ਔਰ ਲੋਕਾਂ ਨੂੰ ਰੁਜ਼ਗਾਰ ਮਿਲੇ। ਔਰ ਮੈਂ ਸਮਝਦਾ ਕਿ ਸਾਡੇ ਏਰੀਏ ਦੇ ਅੰਦਰ ਕੋਈ ਨਾ ਕੋਈ ਜਿਹੜੇ ਕਿਉਂਕਿ ਕੋਈ ਵੱਡਾ ਇੰਡਸਟਰੀ ਪੋਕਟ ਤਾਂ ਹੈ ਨਹੀਂ, ਲੇਕਿਨ ਐਗਰੋ ਬੇਸਡ ਇੰਡਸਟਰੀ ਡਿਵੈਲਪ ਹੋਵੇ ਤਾਂ ਕਿ ਮਜ਼ਦੂਰ ਔਰ ਕਿਸਾਨ ਜਿਹੜਾ ਆ ਉਹਨੂੰ ਅੱਛਾ ਮੁਆਵਜ਼ਾ ਮਿਲ ਸਕੇ, ਉਹਨੂੰ ਰੁਜ਼ਗਾਰ ਮਿਲ ਸਕੇ ਤਾਂ ਕਿ ਉਹ ਆਪਣੀ ਬਿਹਤਰ ਜ਼ਿੰਦਗੀ ਜਿਹੜੀ ਆ ਬਤੀਤ ਕਰ ਸਕੇ। ਤੁਸੀਂ ਇਸ ਸਮੇਂ ਕਿਹੜੀਆਂ ਮੇਨ 4-5 ਸਮੱਸਿਆਵਾਂ ਸਮਝਦੇ ਹਾਂ ਜਿਹੜੀਆਂ ਦਾ ਹੱਲ ਹੋਣਾ ਬੜਾ ਜ਼ਰੂਰੀ ਹੈ? ਦੇਖੋ, ਪੰਜਾਬ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਜਿਹੜਾ ਹਰ ਮਾਂ ਬਾਪ ਨੂੰ, ਹਰ ਦੇਸ਼ ਵਿਦੇਸ਼ 'ਚ ਬੈਠੇ ਨਾਗਰਿਕ ਨੂੰ ਜਿਹੜਾ ਪੰਜਾਬ ਦਾ ਹਿਤੈਸ਼ੀ ਆ ਉਹਦੀ ਚਿੰਤਾ ਦਾ ਵਿਸ਼ਾ ਹੈ, ਉਹ ਡਰੱਗ ਦਾ ਇਸ਼ੂ। ਪੰਜਾਬ ਦੇ ਅੰਦਰ ਡਰੱਗ ਦੀ ਬਹੁਤ ਭਰਮਾਰ ਹੈ। ਜਿਹੜੇ ਛੋਟੇ ਛੋਟੇ 1-2 ਪੁੜੀ ਵਾਲੇ ਉਹ ਤਾਂ ਫੜੇ ਜਾਂਦੇ ਆ, ਲੇਕਿਨ ਅੱਜ ਤੱਕ ਇਹਦੇ ਮਾਸਟਰ ਮਾਈਂਡ ਨੂੰ ਕਿਸੇ ਨੂੰ ਹੱਥ ਨਹੀਂ ਪਿਆ। ਮੈਂ ਸਮਝਦਾ ਇੱਕ ਡਰੱਗ ਬਹੁਤ ਵੱਡੀ ਸਮੱਸਿਆ ਹੈ, ਚਾਹੇ ਉਹ ਪੋਲੀਟੀਸ਼ੀਅਨ ਹੈ, ਚਾਹੇ ਉਹ ਬੈਰੋਕਰੇਟ ਹੈ, ਚਾਹੇ ਕੋਈ ਹੋਰ ਹੈ, ਸਮੱਗਲਰ ਹੈ, ਉਹਨਾਂ ਦਾ ਜਿਹੜਾ ਨੈੱਟਵਰਕ ਹੈ ਤੋੜਨ ਦੀ ਬਹੁਤ ਵੱਡੀ ਜ਼ਰੂਰਤ ਹੈ। ਔਰ ਦੂਸਰਾ ਹੈ ਕਿ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਹੈ। ਤੁਸੀਂ ਕਚਹਿਰੀ ਚਲੇ ਜਾਓ, BDO ਦਫ਼ਤਰ ਚਲੋ, ਕਿਸੇ ਵੀ ਦਫ਼ਤਰ ਚਲੇ ਜਾਓ, ਉੱਥੇ ਗਰੀਬ ਆਦਮੀ ਨੂੰ ਅੱਜ ਵੀ ਜਿਹੜਾ ਆ ਅਪਰੋਚ ਲੜਾਉਣੀ ਪੈਂਦੀ ਆ। ਅਪਰੋਚ ਤੋਂ ਬਿਨਾਂ ਕਿਸੇ ਨੂੰ ਜਸਟਿਸ ਨਹੀਂ ਮਿਲਦਾ। ਮੈਂ ਸਮਝਦਾ ਕਿ ਸਾਡਾ ਸਿਸਟਮ ਇਹੋ ਜਿਹਾ ਹੋਏ ਕਿ ਹਰ ਬੱਚਾ, ਹਰ ਆਦਮੀ ਜਿਹੜਾ ਆ ਉਹਨੂੰ ਜਸਟਿਸ ਮਿਲੇ। ਤੀਸਰਾ ਜਿਹੜਾ ਆ, ਪੰਜਾਬ ਦੀ ਇਕੋਨਮੀ ਬੁਰੀ ਤਰ੍ਹਾਂ ਤਬਾਹ ਹੋ ਗਈ। ਪੰਜਾਬ ਦੇ ਉੱਤੇ 225,000 ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ। ਪੰਜਾਬ ਦੇ ਅੰਦਰ ਹੁਣ ਇਹਨਾਂ ਨੇ 6 ਬੈਂਕਾਂ ਤੋਂ ਜਿਹੜਾ ਆ ਲੋਨ ਲੈ ਕੇ ਡਿਵੈਲਪਮੈਂਟ ਦੀਆਂ 2100 ਕਰੋੜ ਰੁਪਏ ਦਾ ਲੋਨ ਲੈ ਕੇ ਡਿਵੈਲਪਮੈਂਟ ਦੀਆਂ ਗੱਲਾਂ ਹੋ ਰਹੀਆਂ। ਪੰਜਾਬ ਦੀ ਇਕੋਨਮੀ ਨੂੰ ਸਹੀ ਲੀਹਾਂ 'ਤੇ ਲਿਆਉਣ ਵਾਸਤੇ ਮੈਂ ਸਮਝਦਾ ਕਿ ਬਹੁਤ ਕੰਮ ਕਰਨ ਦੀ ਲੋੜ ਹੈ, ਵਿਜ਼ਨਰੀ ਲੀਡਰਸ਼ਿਪ ਦੀ ਲੋੜ ਹੈ। ਤੁਸੀਂ ਇਸ ਸਮੇਂ ਕੀ ਮਹਿਸੂਸ ਕਰਦੇ ਹੋ ਕਿ ਕਿਹੋ ਜਿਹੇ ਸਥਿਰ ਸਰਕਾਰ ਦੀ ਲੋੜ ਹੈ? ਦੇਖੋ, ਮੈਂ ਸਮਝਦਾ ਕਿ ਇਸ ਵੇਲੇ ਪੰਜਾਬ ਜਿਹਨਾਂ ਹਾਲਾਤਾਂ 'ਚੋਂ ਨਿਕਲ ਰਿਹਾ, ਪੰਜਾਬ ਦੇ ਅੰਦਰ ਇੱਕ ਤਾਂ ਸਟਰੋਂਗ ਔਰ ਸਟੇਬਲ ਗੌਰਮੈਂਟ ਚਾਹੀਦੀ, ਔਰ ਦੂਸਰਾ ਹੈ ਕਿ ਪੰਜਾਬ ਦੀ ਇਕੋਨਮੀ ਨੂੰ ਇੰਪਰੂਵ ਕਰਨ ਵਾਸਤੇ ਵਿਜ਼ਨਰੀ ਲੀਡਰਸ਼ਿਪ ਚਾਹੀਦੀ। ਤੀਜਾ ਹੈ ਕਿ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਬੁਰੀ ਤਰ੍ਹਾਂ ਉਹਦਾ ਤਾਣਾ ਬਾਣਾ ਉਲਝ ਚੁੱਕਾ, ਔਰ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਘਟਨਾਵਾਂ ਦੇ ਕਾਰਨ ਪੰਜਾਬ ਦੇ ਲੋਕਾਂ ਦੇ ਅੰਦਰ ਅਨਸਰਟਨਟੀ, ਇਨਸਿਕਿਉਰਟੀ ਫੀਲ ਹੋਈ ਆ। ਉਹਨਾਂ ਘਟਨਾਵਾਂ ਦੇ ਵਿੱਚ ਜਿਹੜਾ ਆ, ਮੰਨ ਲਓ ਮਾਤਾ ਚਾਂਦ ਕੌਰ ਜੀ ਦਾ ਕਤਲ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਆ, ਨਾਭਾ ਜਰ ਹਰ ਜੇਲ੍ਹ ਵਰਗੀ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਹੈ ਉਹ ਜਿਹੜੀ ਜੇਲ੍ਹ ਹੈ ਉਹ ਬ੍ਰੇਕਅਪ ਹੋਈ ਆ, ਔਰ RSS ਦਾ ਚੀਫ ਜਿਹੜਾ ਡਿਪਟੀ ਚੀਫ ਹੈ ਪੰਜਾਬ ਦਾ ਉਹਦੀ ਦਿਨ ਦਿਹਾੜੇ ਜੋਤੀ ਚੌਕ 'ਚ ਹੱਤਿਆ ਹੋਈ ਆ। ਲਾਅ ਐਂਡ ਆਰਡਰ ਨੂੰ ਸਹੀ ਲਿਆਉਣ 'ਤੇ, ਬੈਰੋਕ੍ਰੇਸੀ ਨੂੰ ਸਹੀ ਲਿਆਉਣ 'ਤੇ ਉਹ ਸਟਰੋਂਗ ਲੀਡਰਸ਼ਿਪ ਦੀ ਲੋੜ ਹੈ, ਸਟਰੋਂਗ ਲੀਡਰਸ਼ਿਪ ਪ੍ਰੈਜੈਂਟ ਗੌਰਮੈਂਟ 'ਚ। ਮੈਂ ਸਮਝਦਾ ਕਿ ਉਹ ਕਾਂਗਰਸ ਪਾਰਟੀ ਆ ਔਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ। ਤੁਸੀਂ ਮਤਲਬ ਸਾਡੇ ਅਜੀਤ ਵੈੱਬ TV ਦੇ ਪਾਠਕਾਂ ਨੂੰ ਕੀ ਸੁਨੇਹਾ ਦਿਓਗੇ? ਦੇਖੋ, ਅਜੀਤ ਜਿਹੜਾ ਵੈਬਸਾਈਟ ਹੈ, ਜਿਹੜੇ ਦੇ ਪਾਠਕ ਹੈ, ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਔਰ ਇਹਦੇ ਬਹੁਤ ਵੱਡੀ ਸਰਕੂਲੇਸ਼ਨ ਹੈ, ਬਹੁਤ ਵੱਡਾ ਇਹ ਇੱਕ ਜਿਹੜਾ ਲੀਡਰਸ਼ਿਪ ਦਾ ਮਤਲਬ ਡਜ ਨੋਟ ਮੀਨਸ ਕਿ ਉਹ ਕਿ MLA ਬਣ ਗਿਆ, MP ਸਮਾਜ ਦਾ ਹਰ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਐਡੀਟਰ ਹੈ, ਚਾਹੇ ਉਹ ਪੱਤਰਕਾਰ ਹੈ, ਜਿਹੜਾ ਵੀ ਲੋਕ ਰਾਏ ਨੂੰ ਪ੍ਰਭਾਵਿਤ ਕਰਦਾ, ਮੈਂ ਸਮਝਦਾ ਕਿ ਉਹਦਾ ਜਿਹੜਾ ਆ ਰੋਲ ਹੁੰਦਾ। ਬਰਜਿੰਦਰ ਸਿੰਘ ਬਹੁਤ ਉੱਚ ਕੋਟੀ ਦੇ ਵਿਦਵਾਨ ਹੈ, ਉੱਚ ਕੋਟੀ ਦੀ ਉਹਨਾਂ ਦੀ ਪ੍ਰਭਾ, ਮੈਨ ਆਫ ਦਾ ਜਿਹੜਾ ਪ੍ਰਿੰਸੀਪਲ ਹੈ, ਮੇਰੇ ਆਦਰਸ਼ ਵੀ ਆ। ਉਹਨਾਂ ਨੇ ਹਮੇਸ਼ਾ ਜਿਹੜਾ ਆ, ਮੈਂ ਜਾਤੀ ਤੌਰ 'ਤੇ ਉਹਨਾਂ ਦਾ ਹਮੇਸ਼ਾ ਰਿਣੀ ਰਿਹਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਅਜੀਤ ਵੈੱਬ TV ਦੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ, ਧੰਨਵਾਦ। ਇਹ ਸਨ ਸਤਨਾਮ ਸਿੰਘ ਜੀ, ਕੈਂਥ, ਕਾਂਗਰਸ ਪਾਰਟੀ ਦੇ ਉਮੀਦਵਾਰ, ਜਿਨ੍ਹਾਂ ਨਾਲ ਆਪਾਂ ਵਿਚਾਰ ਸਾਂਝੇ ਕੀਤੇ ਆ। ਇਸੇ ਤਰ੍ਹਾਂ ਅਸੀਂ ਅਗਲੀ ਵਾਰ ਅਗਲਾ ਉਮੀਦਵਾਰ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।